ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਸੋਨੀ ਮਾਨ ਇੱਕ ਅਜਿਹੀ ਪੰਜਾਬੀ ਫੀਮੇਲ ਵੋਕਲਿਸਟ ਜਿਸ ਦਾ ਆਉਂਦੇ ਸਮੇਂ ਸਾਨੂੰ ਗਾਣਾ ਸੁਣਨ ਨੂੰ ਮਿਲੇਗਾ ਧਮਕ ਬੇਸ 2, ਜੋ ਕਿ ਹੋਏਗਾ ਮੁੱਖ ਮੰਤਰੀ ਦੇ ਨਾਲ। ਸੋਨੀ ਮਾਨ ਨੇ ਧਮਕ ਬੇਸ 2 ਤੋਂ ਬਾਅਦ ਆਉਣ ਵਾਲੇ ਗਾਣੇ ਦੀ ਵੀ ਅਨਾਊਂਸਮੈਂਟ ਕਰ ਦਿੱਤੀ ਹੈ। ਜੀ ਹਾਂ, ਸੋਨੀ ਮਾਨ ਦੇ ਇਸ ਨਵੇਂ ਆਉਣ ਵਾਲੇ ਗਾਣੇ ਦਾ ਨਾਮ ਹੋਏਗਾ ਬ੍ਰੈਡ ਪਿਟ। ਇਸ ਗਾਣੇ ਦੇ ਬਾਰੇ 'ਚ ਇਨਫੋਰਮੇਸ਼ਨ ਸੋਨੀ ਮਾਨ ਨੇ ਆਪਣੇ ਇੰਸਟਾਗ੍ਰਾਮ ਦੇ ਉੱਤੇ ਸਟੇਟਸ ਦੇ ਵਿੱਚ ਇਸ ਗਾਣੇ ਦੀ ਰਿਕਾਰਡਿੰਗ ਕਰਦਿਆਂ ਦੀ ਇੱਕ ਝਲਕ ਨੂੰ ਸ਼ੇਅਰ ਕਰਕੇ ਦਿੱਤੀ ਹੈ। ਇਸ ਸਟੇਟਸ ਨੂੰ ਸ਼ੇਅਰ ਕਰਦਿਆਂ ਸੋਨੀ ਮਾਨ ਨੇ ਲਿਖਿਆ, ਬੰਬ ਗਾਣਾ ਔਨ ਦਾ ਵੇ। ਦੱਸ ਦਈਏ ਕਿ ਸੋਨੀ ਮਾਨ ਦੇ ਇਸ ਗਾਣੇ ਬ੍ਰੈਡ ਪਿਟ ਨੂੰ ਲਿਖਿਆ ਜੰਗ ਸੰਧੂ ਨੇ। ਸੋਨੀ ਮਾਨ ਦੇ ਸਟੇਟਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਗਾਣਾ ਸੋਨੀ ਮਾਨ ਦਾ ਸੋਲੋ ਟਰੈਕ ਹੋਵੇਗਾ, ਜਿਸ ਵਿੱਚ ਸ਼ਾਇਦ ਮੁੱਖ ਮੰਤਰੀ ਦਾ ਰੈਪ ਸੁਣਨ ਨੂੰ ਸਾਨੂੰ ਨਹੀਂ ਮਿਲੇਗਾ। ਸੋ ਕਿੰਨੀ ਕੁੜੀ ਕਿ ਤੁਹਾਨੂੰ ਸੋਨੀ ਮਾਨ ਦੇ ਇਸ ਗਾਣੇ ਬ੍ਰੈਡ ਪਿਟ ਦੀ, ਤੇ ਤੁਹਾਨੂੰ ਕੀ ਲੱਗਦਾ ਕਿ ਇਸ ਗਾਣੇ ਬ੍ਰੈਡ ਪਿਟ ਦੇ ਵਿੱਚ ਮੁੱਖ ਮੰਤਰੀ ਦਾ ਰੈਪ ਹੋਏਗਾ ਜਾਂ ਨਹੀਂ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਤੇ ਨਵੇਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ, ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ।